ਕੀ ਨਾਮ ਹੈ ਜੀ ਤੁਹਾਡਾ? ਸੁਨੇਹਾ ਕਸ਼ਮ, ਸਰਹੰਦ ਤੋਂ। ਤੇ ਮਾਮਲਾ ਕੀ ਹੋਇਆ ਬੱਸ ਤੇ? ਜਿਹੜੀ ਗੱਲ ਹੋਈ ਆ ਕੀ? ਬੱਸ ਤੇ ਅਸੀਂ ਟਿਕਟ ਕਟਾ ਰਹੇ ਸੀਗੇ, ਕੰਡਕਟਰ ਨੇ ਦਾਰੂ ਪੀਤੀ ਹੋਈ ਸੀ। ਅਸੀਂ ਕਿਹਾ ਕਿ ਉਹ ਕਹਿੰਦਾ ਟਿਕਟ ਕਟਾਓ ਸਾਰੇ ਬੱਚੇ। ਇੱਕ ਜਣੇ ਨੇ ਕਟਾ ਲਿਆ, ਸਾਡੇ 'ਚੋਂ 10-12 ਜਣੇ ਸੀਗੇ ਅਸੀਂ ਨਾਲ। ਫਿਰ ਉਹ ਸਾਰਿਆਂ ਨੇ ਨਹੀਂ ਕਟਾਇਆ। 2 ਜਣੇ ਨੇ ਕਟਾ ਲਿਆ, ਉਹ ਅੰਦਰ ਚਲ ਗਏ। ਇੱਕ ਛੋਟੀ ਜਿਹੀ ਕੁੜੀ ਸੀਗੀ, ਉਹ ਵੀ ਉਹ ਪਿੱਛੇ ਪਿੱਛੇ ਚੱਲ ਗਈ। ਉਹ ਕਹਿੰਦਾ ਤੁਸੀਂ ਪਿੱਛੇ ਕਿਵੇਂ ਗਏ? ਦੱਬ ਕੇ ਉਹਨੇ ਝਟਕਾ ਮਾਰਿਆ। ਕਿੰਨੇ ਸਾਲ ਦੀ ਬੱਚੀ ਸੀ? 3 ਸਾਲ ਦੀ। ਅੱਛਾ। ਉਹਨੇ ਕਿਹਾ ਉਹਦੀ ਟਿਕਟ ਕਟਾਓ। ਫਿਰ ਅਸੀਂ ਕਿਹਾ ਕਟਾ ਲਾਂ, ਬੱਚੇ ਆ ਕਿੱਥੇ ਮੰਨਦੇ, ਉਹ ਪਿੱਛੇ ਚੱਲ ਗਏ। ਫਿਰ ਉਹਨੂੰ ਮੀਸ਼ਾ ਦੀਦੀ ਨੇ ਕਿਹਾ, ਕਹਿੰਦਾ ਕਿਉਂ ਗਈ ਉਹ ਅੰਦਰ, ਉਹਦੀ ਟਿਕਟ ਕਟਾਓ। ਫਿਰ ਅਸੀਂ ਕਿਹਾ ਹਾਂ ਕਟਾ ਲਾਂਗੇ, ਬਸ ਇਵੇਂ ਭੱਜੇ ਥੋੜ੍ਹੀ ਨਾ ਜਾ ਰਹੇ ਕਿੱਥੇ। ਫਿਰ ਉਹ ਅਮੀਸ਼ਾ ਦੀਦੀ ਕਹਿੰਦੀ, ਇਹੀ ਗੱਲ ਤੁਸੀਂ ਪਿਆਰ ਨਾਲ ਕਹਿ ਸਕਦੇ ਹੋ? ਫਿਰ ਕਹਿੰਦਾ ਤੇਰੇ ਬੁੜੇ ਦਾ ਰਾਜ ਹੈ, ਤੇਰੇ ਸਰਕਾਰੀ ਬੱਸ। ਫਿਰ ਅਮੀਸ਼ਾ ਦੀਦੀ ਕਹਿੰਦੀ ਕਿ ਸਰਕਾਰੀ ਬੱਸ ਹੈ ਇਹ, ਤੇਰੇ ਪਿਓ ਦੀ ਨਹੀਂ ਹੈਗੀ। ਉਹਨੇ ਵੀ ਕਹਿਤਾ ਤੇਰੇ ਪਿਓ ਦੀ ਨਹੀਂ ਹੈਗੀ। ਉਹਨੇ ਜਾ ਕੇ ਅੰਦਰ ਉਹਨੇ ਟਿਕਟ ਕਟਾ ਲਈ ਸੀਗੀ। ਉਹ ਗਿਆ ਅੰਦਰ, ਉਹਨੇ ਉਹਦੀ ਕੋਲਰ 'ਤੇ ਹੱਥ ਕੀਤਾ। ਉਹਨੇ ਕੰਡਕਟਰ ਨੇ ਅਮੀਸ਼ਾ ਦੀਦੀ ਦੇ ਕੋਲਰ 'ਤੇ ਹੱਥ ਚੱਕਿਆ, ਉਹਨੂੰ ਫੜ ਲਿਆ ਅਤੇ ਉਹਦੇ 5-6 ਥੱਪੜ ਲਏ ਹੈ ਕੰਡਕਟਰ ਵੱਲੋਂ। ਹਾਂਜੀ, ਕੰਡਕਟਰ ਨੇ ਮਾਰਿਆ। ਫਿਰ ਇੱਕ ਉਹਦੀ ਮੰਮਾ, ਮੇਰੇ ਬੜੇ ਮੰਮਾ, ਉਹ ਪਿੱਛੇ ਗਏ। ਉਹਨਾਂ ਨੇ ਵੀ ਟਿਕਟ ਕਟਾ ਲਈ ਸੀ 2 ਬੰਦਿਆਂ ਦੀ, ਉਹ ਵੀ ਪਿੱਛੇ ਗਏ। ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ, ਤੂੰ ਲੇਡੀ ਉਹ 'ਤੇ ਕੁੜੀ 'ਤੇ ਹੱਥ ਕਿਉਂ ਚੱਕਿਆ? ਉਹਨੇ ਵੀ ਫੜ ਲਿਆ, ਉਹਨੂੰ ਵੀ ਫੜ ਲਿਆ ਅਤੇ ਉਹਨੂੰ ਵੀ ਮਾਰਿਆ ਹੈ, ਅਤੇ ਉਹਦੇ ਹੱਥ 'ਚੋਂ ਬਲੱਡ ਨਿਕਲਣ ਲੱਗਿਆ, ਉਹਨੇ ਇੰਨੀ ਜ਼ੋਰ ਦੀ ਮਾਰੇ। ਅਤੇ ਫਿਰ ਅਸੀਂ ਵੀ ਪਿੱਛੇ ਭੱਜੇ ਉਹਨਾਂ ਦੇ। ਫਿਰ ਕੁੜੀਆਂ ਨੇ, ਅਸੀਂ ਸਾਰਿਆਂ ਨੇ ਉਹਦਾ ਕੋਲਰ ਫੜ ਲਿਆ। ਉਹਦੇ ਫੜੇ ਫੜਨ 'ਚ ਉਹਦੀ ਕੋਲਰ ਫਟ ਗਈ। ਫਿਰ ਉਹ ਇੱਥੇ ਆ ਰਿਹਾ, ਕਹਿੰਦਾ ਉਹਨੇ ਕਹਿੰਦਾ ਕਿ ਇਹਨਾਂ ਨੇ ਮੈਨੂੰ ਕੋਲਰ ਫੜ ਕੇ ਅਤੇ ਮੇਰੇ ਪੱਗ 'ਤੇ ਹੱਥ, ਪੱਗ ਉਹਦੀ ਗਲਤੀ ਨਾਲ ਗਈ ਸੀ ਹੱਥ ਉਹਨਾਂ ਨੇ। ਫਿਰ ਉਹ ਕਹਿੰਦੇ ਅਸੀਂ ਬੱਸ 'ਚ, ਉਹਨਾਂ ਨੇ ਮੰਜੇ 'ਤੇ ਉੱਥੇ ਆਹ ਸੀਟ 'ਤੇ ਦੋਨਾਂ ਨੂੰ ਢਾ ਲਿਆ, ਅਮੀਸ਼ਾ ਦੀਦੀ ਬੜੇ ਮੰਮੀ ਨੂੰ ਢਾ ਲਿਆ, ਅਤੇ ਉੱਪਰ ਆਪ ਚੜ੍ਹ ਗਿਆ ਉਹ। ਇਹ ਕੋਈ ਗੱਲ ਨਹੀਂ ਹੋਈ ਕਿ ਉਹ ਲੇਡੀ ਦੇ ਉੱਤੇ ਚੜੂਗਾ, ਅਤੇ ਉਹਨੇ ਲੇਡੀ ਦੇ ਉੱਤੇ ਵੀ ਚੜ੍ਹ ਕੇ ਉਹਨੇ ਥੱਪੜ ਮਾਰਿਆ, 10-12 ਥੱਪੜ ਮਾਰੇ। ਕਿੰਨੇ ਲੋਕ ਸਾਬੀ ਕਿੰਨੇ ਲੋਕ ਗੱਡੀ 'ਚ ਉਸ ਟਾਈਮ ਸੀ?
ਬਹੁਤ ਸੀਗੇ, ਬਟ ਉਹ ਹੁਣ ਮੈਂ ਕਹਿ ਨਹੀਂ ਸਕਦੀ ਕਿ ਸਾਡੇ ਨਾਲ ਫੁੱਲ ਨਹੀਂ ਸੀਗੀ, ਬਸ ਨਹੀਂ 10-12 ਸੀਗੇ। ਫਿਰ ਉਹ ਹੁਣ ਮੈਂ ਕਹਿ ਨਹੀਂ ਸਕਦੀ ਕਿ ਉਹ ਸਾਡਾ ਸਾਥ ਦੇਣਗੇ ਕਿ ਨਹੀਂ, ਬਟ ਇੱਕ ਵੀਰਾ ਸੀਗਾ ਸਾਡੇ ਨਾਲ, ਜਦ ਤੱਕ ਉਹਨੇ ਸਾਡੇ ਪਿੱਛੇ ਗਿਆ, ਇੱਕ ਮੈਨੂੰ ਵੀ ਉਹ ਮਾਰਨ ਲੱਗਿਆ ਸੀਗਾ, ਬਟ ਉਹ ਵੀਰਾ ਆ ਕੇ ਉਹਨੇ ਮੈਨੂੰ ਉਹਨੇ ਧੱਕਾ ਮਾਰਿਆ ਕੰਡਕਟਰ ਨੂੰ, ਨਹੀਂ ਤਾਂ ਉਹ ਮੈਨੂੰ ਵੀ ਮਾਰਨ ਲੱਗਿਆ ਸੀ, ਉਹ ਮੈਨੂੰ ਵੀ ਫੜਨ ਲੱਗਿਆ ਸੀਗਾ। ਅਸੀਂ ਸਨੰਦ, ਅਸੀਂ ਪਟਿਆਲੇ ਆਏ ਸੀ ਕਾਲੀ ਮਾਤਾ ਦੇ ਮੰਦਿਰ, ਅਸੀਂ ਮੱਥਾ ਟੇਕ ਕੇ ਜਾਣ ਲੱਗੇ ਸੀਗੇ, ਪਟਿਆਲਾ ਦੀ ਸਰਹੰਦ ਦੀ ਬੱਸ ਫੜੀ ਸੀ ਪਟਿਆਲਾ ਚਾਹੁੰਦੇ ਹੋ ਇਦਾਂ ਜਿਹੜੇ ਕੰਡਕਟਰ ਡਰਾਈਵਰ ਦਾਰੂ ਪੀ ਕੇ ਜਿਹੜਾ ਲੋਕਾਂ ਨਾਲ ਇਦਾਂ ਵਿਵਹਾਰ ਕਰੇ, ਐਵੇਂ ਕੋਈ ਲੇਡੀ ਤੇ ਹੱਥ ਨਹੀਂ ਚੱਕ ਸਕਦਾ, ਉਹਨੂੰ ਕੁਛ ਨਾ ਕੁਛ ਕਾਰਵਾਈ ਕਰੋ, ਅਸੀਂ ਇਵੇਂ ਨਹੀਂ ਜਾਣ ਦੇਣਾ ਉਹਨੂੰ। ਥਾਣੇ ਆਏ ਆ ਅਸੀਂ, ਉਹ ਵੀ ਪੁਲਿਸ ਇੰਸਪੈਕਟਰ ਵੀ ਬਾਹਰ ਆਏ ਸੀਗੇ, ਉਹਨਾਂ ਨੇ ਕਿਹਾ ਤੁਸੀਂ, ਅਸੀਂ ਬਾਹਰ ਗਏ ਬਟ ਉਹ ਉਹਨਾਂ ਦੀ ਸੁਣ ਰਹੇ ਸੀਗੇ। ਫਿਰ ਅਸੀਂ ਬਾਹਰ ਆ ਗਏ, ਫਿਰ ਉਹ ਬਾਹਰ ਆ ਕੇ ਕਹਿੰਦੇ ਕਿ ਤੁਸੀਂ ਰਿਪੋਰਟ ਕਿਉਂ ਨਹੀਂ ਲਿਖਾਈ, ਬਾਹਰ ਕਿਉਂ ਭੱਜ ਗਏ। ਫਿਰ ਉਹ ਕਹਿ ਰਹੇ ਸੀਗੇ ਕਿ ਤੁਸੀਂ ਮਤਲਬ ਸਾਡੀ ਸੁਣਵਾਈ ਨਹੀਂ, ਰਿਪੋਰਟ ਲਿਖੀ ਹੈ, ਉਹ ਗਏ ਹੈਗੇ ਦੋ ਜਣੇ ਗਏ। ਕੋਈ ਵੀਡੀਓ ਹੈਗੀ ਆ? ਹਾਂਜੀ ਵੀਡੀਓ ਵੀ ਹੈ। ਠੀਕ ਹੈ ਜੀ, ਠੀਕ। ਕੀ ਨਾਮ ਹੈ ਮੈਮ? ਮੈਮ ਸਰ, ਸਾਡਾ ਨਾਮ ਅਮੀਸ਼ਾ ਹੈ, ਮੇਰਾ ਨਾਮ ਅਮੀਸ਼ਾ, ਅਸੀਂ ਸਰਹੰਦ ਤੋਂ ਆਏ ਹਾਂ, ਅਸੀਂ ਪਟਿਆਲਾ ਕਾਲੀ ਮਾਤਾ ਮੱਥਾ ਟੇਕਣ ਗਏ ਸੀ ਪੂਰਾ ਫੈਮਿਲੀ ਨਾਲ, ਅਤੇ ਉਸ ਤੋਂ ਬਾਅਦ ਅਸੀਂ ਤਾਂ ਇੱਥੋਂ ਆਰਾਮ ਨਾਲ ਗਏ, ਉੱਥੋਂ ਅਸੀਂ ਆਏ, ਉਸ ਤੋਂ ਬਾਅਦ ਅਸੀਂ ਬੱਸ ਸਟੈਂਡ ਤੋਂ ਪਟਿਆਲਾ ਅਸੀਂ ਚੜ੍ਹਨ ਲੱਗੇ ਬੱਸ ਤੋਂ, ਹਾਂਜੀ ਨਵੇਂ ਬੱਸ ਸਟੈਂਡ ਤੋਂ ਅਸੀਂ ਚੜ੍ਹਨ ਲੱਗੇ, ਉਸ ਤੋਂ ਉਹਨੇ ਸਾਨੂੰ ਮਤਲਬ ਕਿ ਕਹਿੰਦਾ ਟਿਕਟ ਇੱਥੇ ਕਟਵਾਓ ਬਾਹਰੋਂ, ਫਿਰ ਅਸੀਂ ਬਾਹਰ ਟਿਕਟ ਕਟਵਾ ਕੇ ਅੰਦਰ ਜਾਣ ਲੱਗੇ, ਉਸ ਤੋਂ ਮੇਰੀ ਭਾਣਜੀ ਸੀਗੀ, ਮੇਰੀ ਭੈਣ ਦੀ ਕੁੜੀ ਸੀਗੀ, ਉਹ ਪਿੱਛੋਂ ਚੜ੍ਹਨ ਲੱਗੀ, ਉਹ ਪਿੱਛੋਂ ਚੜ੍ਹਨ ਲੱਗੀ ਬੱਚੀ ਛੋਟੀ, ਫਿਰ ਉਹ ਕਹਿੰਦਾ ਓਏ ਓਏ ਰੁਕੋ ਇੱਧਰ, ਪਹਿਲਾਂ ਤਾਂ ਉਹਨੇ ਬਦਤਮੀਜ਼ੀ ਨਾਲ ਬੋਲਿਆ, ਫਿਰ ਮੈਂ ਕਿਹਾ ਪਿਆਰ ਨਾਲ ਵੀ ਬੋਲ ਸਕਦੇ ਤੁਸੀਂ, ਫਿਰ ਉਹ ਕਹਿੰਦਾ ਕਿ ਕੀ ਹੋਇਆ, ਮੈਂ ਕਿਹਾ ਬਦਤਮੀਜ਼ੀ ਨਾਲ ਨਾ ਬੋਲੋ, ਫਿਰ ਕਹਿੰਦਾ ਸਾਲੀ ਗੱਲ ਕਰ, ਮੈਂ ਕਿਹਾ ਮੈਨੂੰ ਗੱਲ ਕੱਢੀ, ਮੈਂ ਕਿਹਾ ਗਾਲ ਨਾ ਕੱਢੋ ਤੁਸੀਂ, ਉਸ ਤੋਂ ਬਾਅਦ ਇਹ ਹੋ ਗਈ, ਉਸ ਤੋਂ ਮੇਰੇ ਮੈਨੂੰ ਖਿੱਚ ਕੇ ਥੱਪੜ ਮਾਰਿਆ, ਕਹਿੰਦਾ ਮੈਂ ਕਿਹਾ ਥੱਪੜ ਕਿਉਂ ਮਾਰ ਰਹੇ ਹੋ ਤੁਸੀਂ, ਨਾ ਤੁਹਾਡੀ ਬੱਸ, ਨਾ ਮੇਰੀ ਬੱਸ, ਨਾ ਤੁਹਾਡੇ ਪਿਓ ਦੀ ਬੱਸ, ਇਹ ਸਰਕਾਰੀ ਰੋਡ ਵੇਜ ਹੈ, PRTC ਹੈ, ਠੀਕ ਹੈ ਨਾ। ਉਸ ਤੋਂ ਬਾਅਦ ਉਹਨੇ ਮੈਨੂੰ ਹੋਰ ਮਾਰਿਆ, ਮੈਨੂੰ ਦੱਬ ਦੱਬ ਕੇ ਥੱਪੜ, ਦੋ ਤਿੰਨ ਥੱਪੜ ਮਾਰੇ ਮੈਨੂੰ, ਉਸ ਤੋਂ ਮੈਨੂੰ ਬੈੱਡ 'ਤੇ ਲਿਟਾ ਤਾ, ਸੀਟ 'ਤੇ ਲਿਟਾ ਤਾ, ਮੇਰੀ ਮੰਮੀ ਨੂੰ ਵੀ ਮਾਰਿਆ ਖਿੱਚ ਕੇ 3-4 ਥੱਪੜ, ਮੰਮੀ ਨੂੰ ਮਾਰਨ ਤੋਂ ਬਾਅਦ ਮੇਰੇ ਪਿੱਛੋਂ ਤੋਂ ਟੀ ਸ਼ਰਟ ਫੜ ਲਿਆ ਮੰਮੀ ਨੇ, ਮੈਨੂੰ ਜਦ ਮਾਰਨ ਦੇਖਿਆ ਮੰਮੀ ਨੇ ਪਿੱਛੋਂ ਟੀ-ਸ਼ਰਟ ਫੜ ਲਿਆ ਉਹਦਾ ਡਰਾਈਵਰ ਦਾ, ਫਿਰ ਉਸ ਤੋਂ ਡਰਾਈਵਰ ਨੇ ਮੰਮੀ ਨੂੰ ਖਿੱਚ ਕੇ ਘੁੰਮ ਕੇ ਮਾਰਿਆ ਮੰਮੀ ਨੂੰ, ਉਸ ਤੋਂ ਬਾਅਦ ਮੈਂ ਫਿਰ ਪਿੱਛੋਂ ਤੋਂ ਫੜਿਆ, ਮੇਰੀ ਬੂਆਵਾਂ ਨੇ ਸਾਰਿਆਂ ਨੇ ਫੜਿਆ, ਉਸ ਤੋਂ ਬਾਅਦ ਉਹਨੇ ਪਿੱਛੋਂ ਮੈਨੂੰ ਲਟਾ ਤਾ ਮੈਨੂੰ ਬੈੱਡ 'ਤੇ ਸਿੱਟ ਤਾ, ਸੀਟ 'ਤੇ ਤਿੰਨ ਜਿਹੜੀ 3 ਸੀਟ ਆ 3 ਸੀਟ 'ਤੇ ਮੈਨੂੰ ਸਿੱਟਤਾ, ਉਸ ਤੋਂ ਬਾਅਦ ਮੇਰੀ ਮੰਮੀ ਨੂੰ ਵੀ ਚੱਕ ਕੇ ਸਿੱਟਤਾ, ਉੱਪਰ ਚੜ੍ਹ ਕੇ ਖਿੱਚ ਕੇ ਮਾਰਿਆ 3-4 ਥੱਪੜ ਮੇਰੀ ਅਤੇ ਮੰਮੀ ਨੂੰ, ਇੰਨਾ ਤਾਂ ਮੈਨੂੰ ਨਹੀਂ ਪਤਾ, ਨਸ਼ਾ ਕੀਤਾ ਹੋਇਆ ਸੀਗਾ ਅੰਦਰ, ਪੁਲਿਸ ਵੀ ਕਹਿ ਰਹੀ ਹੈ, ਇੱਕ ਕੇਸ ਹੋਰ ਆਈ ਹੋਈ ਹੈ ਇਹਦੀ ਕੰਡਕਟਰ ਦੀ, ਉਹਨੂੰ ਸਾਨੂੰ ਬਦਤਮੀ ਬਹੁਤ ਤਰੀਕੇ ਨਾਲ ਸਰ ਉਹਨੇ ਸਾਨੂੰ ਮਾਰਿਆ ਹੈਗਾ, ਵੀਡੀਓ ਹੈਗੀ ਹੈ। ਹੁਣ ਕਿੱਦਾਂ ਦੀ ਕਾਰਵਾਈ ਕਰਦੇ ਹੋ ਜਿਹਦੇ ਪੰਜਾਬ ਸਰਕਾਰ ਵੱਲੋਂ ਬੱਸਾਂ ਵਾਲਾਂ ਨੂੰ ਸਖਤੀ ਦਿੱਤਾ ਹੈ ਕਿ ਡਰਾਈਵਰ ਨਾ ਦਾਰੂ ਪੀ ਕੇ ਚਲਾਏਗਾ ਨਾ ਕਿਤੇ ਵਿਵਹਾਰ ਕਰੇਗਾ, ਗਲਤ ਮਹਿਲਾਵਾਂ ਨਾਲ ਬਹੁਤ ਗੰਦੀ ਤਰੀਕੇ ਨਾਲ ਇਹਨੇ ਸਲੂਕ ਕੀਤੀ, ਬਦਤਮੀਜ਼ੀ ਨਾਲ ਸਲੂਕ ਕੀਤਾ ਇਹਨੇ ਸਾਡੇ ਨਾਲ, ਪੁਲਿਸ ਕੰਪਲੇਨ ਕਰਤੀ ਹੈ ਉਹਨੇ ਸਾਡੇ ਨਾਲ ਕਿ ਪੁਲਿਸ ਕੰਪਲੇਨ ਸਾਰੀ ਹੋ ਗਈ ਸਾਡੇ ਨਾਲ। ਉਸ ਤੋਂ ਮੇਰੀ ਭਾਬੀ ਨੂੰ ਛੱਡ ਕੇ ਬੱਸ ਨਿਕਲ ਗਿਆ, 4 ਨਿਆਣੇ ਉਹਦੇ ਕੋਲ, ਮੇਰੀ ਭਾਬੀ ਕੋਲ, ਹੁਣ ਭਾਬੀ ਨੂੰ ਮੇਰੀ ਕੁਛ ਨਹੀਂ ਪਤਾ, ਪਿੰਡੋਂ ਦੀ ਹੈ ਮੇਰੀ ਭਾਬੀ, ਉਹ ਇਹ ਭਾਬੀ ਨੂੰ ਮੇਰੀ ਛੱਡ ਕੇ 5 ਨਿਆਣੇ ਨੂੰ ਇਕੱਲੀ ਵਿਚਾਰੀ ਬੱਸ ਸਟੈਂਡ ਤੋਂ ਪਟਿਆਲਾ ਸੀਗੀ ਉਹ ਲੈ ਕੇ ਨਹੀਂ ਆਇਆ। ਕੀ ਨਾਮ ਹੈ ਜੀ? ਮੇਰਾ ਨਾਮ ਪਲਵਿੰਦਰ ਸਿੰਘ ਹੈ ਜੀ, ਮੈਂ ਪਟਿਆਲਾ ਡਿਪੂ 'ਚ ਬਤੌਰ ਐਡਵਾਂਸ ਬੁੱਕਰ ਡਿਊਟੀ ਕਰਦਾ। ਗੱਡੀ ਕਿੱਥੇ ਜਾ ਰਹੀ? ਇਹ ਗੱਡੀ ਪਟਿਆਲਾ ਟੂ ਨੰਗਲ ਜਾ ਰਹੀ ਸੀ ਜੀ, ਜਦੋਂ ਪਟਿਆਲੇ ਬੱਸ ਸਟੈਂਡ 'ਚ ਗੱਡੀ ਕਾਊਂਟਰ ਲੱਗੀ ਆ, ਮੈਂ ਟਿਕਟਾਂ ਕੱਟਣ ਲੱਗਿਆ ਗਾ, ਲੇਡੀ ਸਵਾਰੀਆਂ ਆਈਆਂ, ਚਲੋ ਮੈਂ ਪਹਿਲਾਂ ਅਨੰਦਪੁਰ ਸਾਹਿਬ ਦੀਆਂ ਨੰਗਲ ਦੀਆਂ ਟਿਕਟਾਂ ਕੱਟੀਆਂ, ਇਹ ਸਰਹੰਦ ਦੀਆਂ ਸਵਾਰੀਆਂ ਆਈਆਂ, ਇਹ 6-7 ਸਵਾਰੀਆਂ ਨਾਲ 5-4 ਜਵਾਕ ਨੇ ਜੀ। ਮੈਂ ਇਹਨਾਂ ਨੂੰ ਕਿਹਾ ਵੀ 3 ਸਾਲ ਤੋਂ ਉੱਪਰ ਬੱਚੇ ਦੀ ਡੇਟ ਲੱਗੂ, ਜਦੋਂ ਇਹਨਾਂ ਨੇ ਪਹਿਲਾਂ 2 ਟਿਕਟਾਂ ਕਟਾਈਆਂ, 2 ਬੱਚੇ ਉਦੋਂ ਅੰਦਰ ਲੈ ਗਈਆਂ ਲੁਕੋ ਕੇ, ਉਦੋਂ ਬਾਅਦ 1 ਡੇਟ ਕਟਾਈ, 2 ਬੱਚੇ ਫਿਰ ਲੈ ਗਈਆਂ। ਮੈਂ ਵਿੱਚ ਗਿਆ, ਮਹਾਂ ਭਾਈ ਆ ਜਿਹੜੇ ਬੱਚੇ ਬੈਠੇ ਇਹਨਾਂ ਦੀ ਟਿਕਟ ਲਓ, ਇਹਨਾਂ ਦੇ ਨਾਲ ਇੱਕ ਕੁੜੀ ਆ, ਉਹ ਕਹਿੰਦੀ ਇਹ ਤੇਰੇ ਪਿਓ ਦੀ ਬੱਸ ਆ, ਤੂੰ ਐਂ ਬੋਲਦਾ, ਤੂੰ ਜੇ ਬੋਲਦਾ, ਉਹ
ਉਹ ਮੂਹਰੇ ਹੋ ਗਈ, ਦੋ ਲੇਡੀਜ਼ ਸਾਈਡ 'ਤੇ ਹੋ ਗਈਆਂ, ਇੱਕ ਪਿੱਛੇ ਹੋ ਗਈਆਂ, ਇਹਨਾਂ ਨੇ ਮੇਰੇ ਥਾਪੜੇ ਮਾਰੇ, ਮੇਰੀ ਪੱਗ ਲਾਹੀ ਆ, ਮੇਰਾ ਪੜਿਆ ਕਮੀਜ਼ ਜੀ। ਉਦੋਂ ਬਾਅਦ ਅਸੀਂ ਬੱਸ ਸਟੈਂਡ ਤੋਂ ਗੱਡੀ ਉੱਥੋਂ ਤੋਰੀ ਥਾਣੇ ਵੱਲ ਨੂੰ ਆ ਰਹੇ ਹਾਂ, ਸਾਨੂੰ ਕਹਿੰਦੇ ਅਸੀਂ ਯੂਪੀ ਦੇ ਹੁੰਦੇ ਹਾਂ, ਅਸੀਂ ਤੈਨੂੰ ਵੜ ਦਾਂਗੇ, ਅਸੀਂ ਆਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ। ਅਸੀਂ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਇਹ ਕਹਿੰਦੇ ਜੀ, ਜਦੋਂ ਇਹ ਯੂਪੀ ਦੇ ਵਸਨੀਕ ਨੇ, ਇਹਨਾਂ ਦਾ ਪੰਜਾਬ 'ਚ ਆਧਾਰ ਕਾਰਡ ਕਿਉਂ ਬਣਾਇਆ ਜਾਂਦਾ ਗਾ, ਮੈਂ ਸਿੱਖ ਭਾਈ ਹਾਂ, ਮੇਰੀ ਇਹਨਾਂ ਨੇ ਪੱਗ ਕਿਉਂ ਲਾਹੀ ਹੈਗੀ। ਲੇਕਿਨ ਉਹਨਾਂ ਦਾ ਤਾਂ ਕਹਿਣਾ ਹੈ ਕਿ ਇਹਨਾਂ ਨੇ ਗਾਲੀ ਗਲੋਚ ਕੀਤੀ। ਬਾਈ ਜੀ ਉੱਥੇ ਸਵਾਰੀਆਂ ਸੀ, ਤੁਸੀਂ ਸਵਾਰੀਆਂ ਤੋਂ ਸਾਰਿਆਂ ਤੋਂ ਡਿਬੇਟ ਲੈਂਦੇ ਕੀ ਸਵਾਰੀਆਂ ਨੇ ਕਿਹਾ, ਜੇ ਸਵਾਰੀਆਂ ਹਾਂ ਮੇਰੇ ਪੱਖ 'ਚ ਨਹੀਂ ਖੜਦੀਆਂ, ਜੋ ਮੈਨੂੰ ਬਣਦੀ ਕਾਰਵਾਈ ਉਹ ਸਜ਼ਾ ਦਿੱਤੀ ਜਾਵੇ ਜੀ। ਕਾਰਨ ਕੀ ਮੰਨਦੇ ਹੋ ਲੜਾਈ ਦਾ? ਕਾਰਨ ਕੀ ਬਣਦੇ ਆ? ਆਧਾਰ ਕਾਰਡ ਮੰਨਦੇ ਆ ਜੀ, ਮੇਨ ਕਾਰਨ। ਇਹਨਾਂ ਨੂੰ ਆਪਣਾ ਐਂ ਹੁੰਦਾ ਵੀ ਅਸੀਂ ਬੱਚੇ ਦੀ ਟਿਕਟ ਨਾ ਕਟਾਈਏ, ਸਾਡੇ 20-50 ਲੱਗਣਗੇ, ਅਸੀਂ ਤਾਂ ਫ੍ਰੀ ਸਫ਼ਰ ਕਰਦੇ ਹਾਂ ਜੀ। ਉਹ ਬੱਚੇ ਦੀ 25 ਰੁਪਏ ਦੀ ਟਿਕਟ ਲੈਣ ਪਿੱਛੇ ਇਹਨਾਂ ਨੇ ਆਹ ਕੁਛ ਕਰਿਆ ਜੀ, ਜਿਹਦੇ ਕਰਕੇ ਇਹਨਾਂ ਨੇ ਬਾਈ ਜੀ ਮੇਰੇ ਹੱਥ 'ਚ ਕੈਸ਼ ਸੀਗਾ, ਮੇਰੇ ਹੱਥ 'ਚੋਂ ਕੈਸ਼ ਖੋਹਿਆ ਗਾ, ਜਿਹੜਾ ਮੇਰੇ ਹੱਥ 'ਚ ਕੈਸ਼ ਸੀਗਾ ਅਤੇ ਮੇਰਾ ਝੋਲਾ ਫੜਿਆ ਗਾ, ਮੇਰੇ ਆਲੇ ਦੁਆਲੇ ਉਹਨਾਂ ਨੇ ਥਾਪੜੇ ਮਾਰਿਆ, ਮੇਰੀ ਪੱਗ ਲਾਹੀ ਆ, ਦੇਖ ਸਕਦੇ ਹੋ ਤੁਸੀਂ ਮੇਰੀ ਕਮੀਜ਼ ਪੜੀ। ਲੇਕਿਨ ਉਹਨਾਂ ਨੇ ਪਹਿਲਾਂ ਕਿ ਉਹਨਾਂ ਨੇ ਕਹਿਣਾ ਕਿ ਕੰਡਕਟਰ ਵੱਲੋਂ ਨਸ਼ਾ ਵੀ ਕੀਤਾ ਲੱਗਦਾ ਸਾਨੂੰ। ਬਾਈ ਜੀ ਬਾਈ ਮੇਰੀ ਗੱਲ ਸੁਣੋ, ਮੈਂ ਡਰੋਪ ਟੈਸਟ ਕਰਾਉਂਦਾ, ਮੇਰਾ ਜਿੱਦੇ ਤੋਂ ਜਨਮ ਹੋਇਆ ਅੱਜ ਤੱਕ ਮੇਰੇ 'ਚ ਕੋਈ ਕੈਮੀਕਲ ਹੋਵੇ, ਮੈਨੂੰ ਜਿੱਥੇ ਕਹੋ ਉੱਥੇ ਲੈ ਜਾਓ। ਇਹ ਕਹਿੰਦੇ ਕਿ ਸਾਨੂੰ ਪਹਿਲਾਂ ਸੀਟ ਤੇ ਗਿਰਾ ਦਿੱਤਾ, ਉਹਨੇ ਬਾਈ ਮਾਰ ਕੀਤੀ, ਉਹਨਾਂ ਨੇ ਵੀਡੀਓ ਵੀ ਇੱਕ ਦਿੱਤੀ ਵੀ ਆ ਜਿਹਦੇ ਉਹਦੇ 'ਚ ਉਹਨਾਂ ਨੇ ਮੇਰੀ ਪੱਗ ਲਾਉਂਦੇ ਦੇਖਿਆ ਤੁਸੀਂ, ਉਹਨਾਂ ਨੇ ਮੇਰਾ ਕਮੀਜ਼ ਪਾੜਿਆ ਦੇਖਿਆ ਤੁਸੀਂ, ਉਹਨਾਂ ਨੇ ਮੇਰੇ ਥਾਪੜੇ ਮਾਰੇ ਉਹ ਦਿਖਾਇਆ ਉਹਨਾਂ ਨੇ। ਲੇਕਿਨ ਵੀਡੀਓ ਦਿਖਾਉਣ ਦੀ ਦਿੱਤੀ ਆ ਉਹਨਾਂ ਨੇ, ਦੋ ਤਿੰਨ ਜਗ੍ਹਾ ਤੁਸੀਂ ਕੁੱਟਮਾਰ ਕਰ ਰਹੇ ਹੋ ਮਹਿਲਾ ਜਦੋਂ ਖਿੱਚ ਰਹੇ ਹੋ। ਬਾਈ ਜੀ ਜਦੋਂ ਤੁਸੀਂ ਵੀਡੀਓ ਵੇਖੀ ਆ, ਜਿਹੜੀ ਮੇਰੀ ਕਮੀਜ਼ ਪਾੜੀ ਹੋਈ ਆ, ਜਿਹੜੀ ਮੇਰੀ ਪੱਗ ਲਾਹੀ ਹੋਈ ਆ, ਇਹ ਦੇਖੀ ਆ ਉਹ 'ਚ ਤੁਸੀਂ? ਤੁਸੀਂ ਦੇ ਦਿਓ, ਤੁਹਾਡੇ ਕੋਲ ਲੈ ਦਿਓ ਸਾਨੂੰ। ਮੈਂ ਤਾਂ ਜੀ ਇਕੱਲਾ ਬੰਦਾ ਵਿੱਚ 7 ਜਣੇ 'ਚ ਖੜਾਂਗਾ, ਮੈਂ ਵੀਡੀਓ ਬਣਾਉਂ ਜਾਂ ਮੈਂ ਆਪਦਾ ਬਚਾਅ ਕਰੂੰਗਾ? ਲੱਗਦਾ ਟਿਕਟ ਨੂੰ ਲੈ ਕੇ ਹੀ ਹੋਇਆ ਸਾਰਾ। ਅੱਧੀ ਟਿਕਟ ਹਾਫ ਟਿਕਟ ਪਿੱਛੇ ਹੋਇਆ ਜੀ। ਹੁਣ ਥਾਣੇ ਆਏ ਹੋ ਤੁਸੀਂ? ਹਾਂਜੀ ਹੁਣ ਥਾਣੇ, ਅਸੀਂ FIR ਦਰਜ ਲਿਖਾ ਕੇ, ਸਾਡਾ ਪਟਿਆਲਾ ਟੂ ਨੰਗਲ, ਨੰਗਲ ਟੂ ਬਠਿੰਡਾ ਟਾਈਮ ਮਿਸ ਹੋਇਆ ਸੀ, ਟਾਈਮ ਖਰਚਾ, ਜੇ ਸਾਡੇ ਨਾਲ ਇਨਸਾਫ ਨਹੀਂ ਹੋਇਆ ਜਾਊਗਾ ਅਸੀਂ ਪਟਿਆਲਾ ਚੌਂਕ ਬੱਸ ਸਟੈਂਡ ਬੰਦ ਕਰਾਂਗੇ। ਹੁਣ ਪੁਲਿਸ ਵੱਲੋਂ ਕੀ ਗੱਲਬਾਤ ਹੋ ਰਹੀ? ਉਹ ਉਹਨਾਂ ਨੇ ਜੀ ਸਾਡੇ ਬਿਆਨ ਲਏ ਅਤੇ ਇਹਨਾਂ ਦੇ ਬਿਆਨ ਲਏ ਅਤੇ ਹਜੇ ਅਗਲੀ ਕਾਰਵਾਈ ਚੱਲ ਰਹੀ ਹੈ ਜੀ।